ਕਿਰਪਾ ਕਰੀਏ ਗੁਰੂ ਪਾਤਸ਼ਾਹ ਨੇ ਮਤ ਬਖਸ਼ੀ, ਇਹ ਲੈਬ ਹੋਣ ਵਾਸਤੇ ਮੈਨੂੰ ਨੈਟ ਮਿਲਿਆ। ਆਓ ਤੁਹਾਨੂੰ ਮੈਂ ਹੁਣ ਅੰਦਰ ਆ ਕੇ ਤੁਹਾਨੂੰ ਸਾਰਿਆਂ ਨੂੰ ਨੈਟ ਸਾਰਿਆਂ ਨੂੰ ਅੰਦਰੋਂ ਨਨਕਾਣਾ ਸਾਹਿਬ ਦਾ ਦਰਸ਼ਨ ਕਰਾਉਣਾ। ਆਹ ਦੇਖੋ ਜੀ, ਇਹ ਨਨਕਾਣਾ ਸਾਹਿਬ ਦਾ ਮੇਨ ਗੇਟ ਹੈ, ਇਹ ਨਨਕਾਣਾ ਸਾਹਿਬ ਦਾ ਮੇਨ ਗੇਟ ਹੈ ਜੀ। ਗੁਰੂ ਪਿਆਰੇ ਸਾਹਿਬ ਸਰ ਤੁਸੀਂ ਨਾਲ ਆਓ ਸਾਡੇ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਨਨਕਾਣਾ ਸਾਹਿਬ ਦਾ ਮੇਨ ਗੇਟ ਹੈ ਜੀ। ਸਿੱਧੇ ਇੱਕ ਆ ਹੋਰ ਪ੍ਰੇਮੀ ਖਲੋਤਿਆ ਸਿੰਧੀ ਜੀ, ਹੱਸਾ ਫਤਿਹ ਜੀ। ਆਹ ਦੇਖੋ ਜੀ, ਅਸੀਂ ਹੁਣ ਦਰਸ਼ਨੀ ਜੋੜੀ ਨਨਕਾਣਾ ਸਾਹਿਬ ਦੇ ਅੰਦਰ ਐਂਟਰ ਕਰ ਗਏ ਜੀ। ਆਹ ਵੀਰ ਨੇ ਕਿਰਪਾ ਕੀਤੀ ਮੇਰੇ 'ਤੇ, ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਹਦੇ ਨੈੱਟ ਨਾਲ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਸ਼ਹਿਨਸ਼ਾਹ ਦੇ ਜੀ। ਆਹ ਦੇਖੋ ਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸਾਰਿਆਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਕਰਨ ਦਾ ਸੁਭਾਗਾ ਮੌਕਾ ਮਿਲਿਆ। ਵਾਹਿਗੁਰੂ ਜੀ, ਦੇਖੋ ਅਸੀਂ ਸ਼ੇਅਰ ਕਰ ਲਓ। ਵਾਹਿਗੁਰੂ ਜੀ, ਭਾਈ ਜਿੰਨੇ ਵੀ ਮੋਰਿੰਡੇ ਵਾਲੇ, ਫਤਿਹਗੜ੍ਹ ਸਾਹਿਬ ਵਾਲੇ ਹੋ, ਪਟਿਆਲੇ ਵਾਲੇ, ਜਿੱਥੇ ਇੰਗਲੈਂਡ ਵਾਲੇ ਹੋ, ਸਾਰੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਕੋਈ ਬੰਦਾ ਵਾਂਝਾ ਨਾ ਰਹਿ ਜੇ, ਕੋਈ ਬੰਦਾ ਵਾਂਝਾ ਨਾ ਰਹਿ ਜੇ ਕਿ ਜਿਹੜਾ ਗੁਰੂ ਪਾਤਸ਼ਾਹ ਦਰਸ਼ਨ ਨਾ ਕਰ ਸਕੇ। ਆਹ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀ, ਦਰਸ਼ਨ ਕਰੋ ਪਾਤਸ਼ਾਹ ਜੀ। ਇਹ ਹੈ ਜੀ ਜਨਮ ਅਸਥਾਨ ਬਾਬਾ ਨਾਨਕ ਦੇਵ ਜੀ ਦਾ, ਸੱਚਖੰਡ ਤਖ਼ਤ ਸ੍ਰੀ ਜਨਮ ਅਸਥਾਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀ। ਆਹ ਦੇਖੋ ਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਸਾਰੇ ਦਰਸ਼ਨ ਕਰੋ ਜੀ, ਖੁੱਲ੍ਹੇ ਦਰਸ਼ਨਾਂ ਸੁਭਾਗਾ ਪਾਤਸ਼ਾਹ ਨੇ ਬਖਸ਼ਿਆ ਜੀ। ਹਾਂਜੀ, ਆਹ ਦੇਖੋ ਜੀ, ਗੁਰੂ ਪਾਤਸ਼ਾਹ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਕਿਰਪਾ ਕੀਤੀ, ਪਾਤਸ਼ਾਹ ਨੇ ਸੁਭਾਗਾ ਸਮਾਂ ਮਹਿਸੂਸ ਹੋਇਆ, ਇੱਡਾ ਸੁਭਾਗਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ, ਸੱਚਖੰਡ ਗੁਰਦੁਆਰਾ ਜਨਮ ਅਸਥਾਨ ਵਿਖੇ ਖੁੱਲ੍ਹੇ ਦਰਸ਼ਨ ਕਰੋ ਜੀ, ਖੁੱਲ੍ਹੇ ਅੰਦਰ ਦਰਸ਼ਨ ਕਰੋ। ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਪਵਿੱਤਰ ਸਥਾਨ ਉਹ ਹੈ, ਬਾਬਾ ਜੀ ਬੈਠੇ ਆ ਜਿੱਥੇ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ, ਅਤੇ ਪੁਰਾਤਨੀ ਸਥਾਨ ਹੈ ਜੀ। ਉਸ ਤਰ੍ਹਾਂ ਹੀ ਸਾਰਾ ਕੁਛ ਬਿਲਕੁਲ ਪੁਰਾਤਨ ਸਥਾਨ ਹੈ ਜੀ, ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਵਾਧ ਨਹੀਂ ਕੀਤੀ ਗਈ। ਦੇਖੋ ਜੀ, ਗੁਰੂ ਪਿਆਰੀਆਂ ਸੰਗਤਾਂ ਨਕਮਸਤਕ ਹੋ ਰਹੀਆਂ। ਆਓ ਜੀ, ਆਪਾਂ ਹੁਣ ਬਿਲਕੁਲ ਆਪਾਂ ਜਨਮ ਅਸਥਾਨ ਦੇ ਅੰਦਰ ਖਲੋਤੇ ਹਾਂ ਜੀ। ਸਤਿਗੁਰੂ ਜੀ ਚਰਨ ਕਮਲਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਸੰਗਤ ਨਾ ਰਹਿ ਜਾਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਹ ਦੇਖੋ ਜੀ, ਨਨਕਾਣਾ ਸਾਹਿਬ ਪਾਕਿਸਤਾਨ ਤੋਂ ਲਏ ਹੋਏ ਹੋਏ ਆ ਜੀ। ਆਹ ਜੰਡਾ ਜੀ ਜਿੱਥੇ ਲਛਮਣ ਦਾਸ ਨੂੰ ਬੰਨ ਕੇ ਫੂਕਿਆ ਸੀ, ਆਹ ਜੰਡ ਵੇਖੋ ਉਦਾਂ ਹਰਾ ਭਰਾ ਜੇ ਆਪਾਂ ਭਾਰਤ 'ਚ ਹੁੰਦੇ ਤਾਂ ਕਾਰਸੇ ਵਾਲਿਆਂ ਨੇ ਫੂਕ ਦੇਣਾ ਸੀ, ਪੱਟ ਦੇਣਾ ਸੀਗਾ। ਆਹ ਦੇਖੋ ਜੀ, ਇਹ ਪੰਜਾਬ ਤੋਂ ਅੰਗਰੇਜ਼ਾਂ ਦੇ ਕਬਜ਼ੇ ਮਗਰੋਂ ਮਹੰਤਾਂ ਨੇ ਇਹਨਾਂ ਨਾਲ ਗੱਠਜੋੜ ਕਰਕੇ ਗੁਰੂ ਸ੍ਰੀ ਜਨਮ ਅਸਥਾਨ 'ਤੇ ਕਬਜ਼ਾ ਕਰ ਲਿਆ। ਮਹੰਤ ਗੁਰੂ ਘਰ ਦੀ ਬੇਅਦਬੀ ਕਰਦੇ ਅਤੇ ਆਏ ਹੋਏ ਯਾਤਰੀਆਂ ਨੂੰ ਤੰਗ ਕਰਦੇ ਸਨ। ਗੁਰੂ ਕੇ ਸਿੰਘਾਂ ਕੋਲੋਂ ਗੁਰੂ ਘਰ ਦੀਆਂ ਹਾਲਤਾਂ ਨਾਲ ਸਹਾਰੀ ਗਈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ, ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਇਸ ਵੇਲੇ ਸੱਚਖੰਡ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਮੈਂ ਲਾਈਵ ਹੋਇਆ ਹੋਇਆ ਜੀ। ਮੈਂ ਦਲੇਰ ਸਿੰਘ ਜੀ ਫਤਿਹਗੜ੍ਹ ਸਾਹਿਬ ਮੋਰਿੰਡਾ ਤੋਂ, ਸਾਰੀਆਂ ਸੰਗਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਮਹਾਨ ਜੀ, ਇਹ ਉਹ ਜੰਡ ਹੈ ਜੀ ਜਿਸੇ ਲਛਮਣ ਦਾਸ ਨੂੰ ਫੂਕਿਆ ਗਿਆ ਸੀ ਜੀ। ਸੋ ਵਾਹਿਗੁਰੂ ਕਿਰਪਾ ਕਰਨ ਸੰਗਤਾਂ ਦੇ ਸਹਿਯੋਗ ਨਾਲ, ਆ ਵੀਰ ਦੇ ਸਹਿਯੋਗ ਨਾਲ ਦੁਬਾਰਾ ਮੈਂ ਫਿਰ ਇਹਦਾ ਧੰਨਵਾਦ ਕਰਦਾ, ਤਹਿ ਦਿਲੋਂ ਸ਼ੁਕਰ ਗੁਜ਼ਾਰਦਾ। ਇਹਦੀ ਮਿਹਰਬਾਨੀ ਹੈ, ਇਹਨੇ ਮੈਨੂੰ ਸਹਿਯੋਗ ਦਿੱਤਾ, ਮੈਂ ਤੁਹਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਦਰਸ਼ਨ ਕਰਾ ਰਿਹਾ ਜੀ। ਇਹ ਲਾਈਵ ਹੈ ਜੀ, ਮੋਬਾਈਲ ਨਾਲ ਕੀਤਾ ਹੋਇਆ। ਠੀਕ ਹੈ, ਮੈਂ ਆਪਣੇ ਮੋਬਾਈਲ ਨਾਲ ਕਰਾਂਗਾ ਕੋਸ਼ਿਸ਼।
ਠੀਕ ਹੋ ਨਾ ਓਕੇ ਹੋ ਗਿਆ ਜੀ। ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਰਿਆਂ ਦਾ ਧੰਨਵਾਦ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਉਹ ਦਰਸ਼ਨ ਕਰ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।